ਅਸਲਾਮ ਅਲੈਕਮ ਦੋਸਤੋ, ਫਾਰਮਰ ਅਫਸਰ ਗੁਜਰ ਨਾਮ ਹੈ ਇਹਨਾਂ ਦਾ। ਇਹਨਾਂ ਦੇ ਆਲੂ ਦੀ ਫਸਲ ਲਗਾਈ ਸੀ ਮਾਸ਼ਾਅੱਲਾ। ਡੀ ਏ ਪੀ ਇਹਨਾਂ ਨੇ ਘੱਟ ਇਸਤੇਮਾਲ ਕੀਤੀ ਸਾਡੇ ਕਹਿਣ 'ਤੇ, ਐੱਮ ਏ ਪੀ ਇਸਤੇਮਾਲ ਕੀਤੀ ਹੈ, ਕੁਛ ਐੱਸ ਓ ਪੀ ਵਗੈਰਾ ਸਾਡੇ ਕੁਛ ਫਾਰਮੂਲੇ ਹਨ। ਅਤੇ ਅਸੀਂ ਇਹਨਾਂ ਕੋਲ ਪੁੱਛਦੇ ਹਾਂ ਜੀ ਭਾਈ ਜਾਨ, ਦੱਸੋ ਕਿ ਆਪਣਾ ਕਿੰਨੀ ਡੀ ਏ ਪੀ ਇਸਤੇਮਾਲ ਕੀਤੀ ਤੁਸੀਂ, ਡੀ ਏ ਪੀ ਅਤੇ ਐੱਮ ਏ ਪੀ ਕਿੰਨੀ ਪਾਈ ਹੈ ਜੀ? ਅੱਛਾ, ਤੁਸੀਂ ਮੁਤਮਿਨ ਹੋ ਸਾਰੀ ਖਾਦਾਂ 'ਤੇ? ਕਿਉਂਕਿ ਆਮ ਇੱਥੇ ਲੋਕ ਪਾਉਂਦੇ ਨੇ ਚਾਰ ਚਾਰ ਜਾਂ ਭਾਵੇਂ ਭਾਵੇਂ ਡੀ ਏ ਪੀ ਦੀਆਂ, ਕੋਈ ਦਸ ਦਸ ਪਾ ਰਿਹਾ ਜਿਹੜੀਆਂ ਜ਼ਰਖੇਸ ਦੀਆਂ। ਅਤੇ ਤੁਹਾਡੇ ਮਾਸ਼ਾਅੱਲਾ ਆਲੂ ਫਸਲ ਤੋਂ ਪਹਿਲਾਂ ਕਿਹੜੀ ਫਸਲ ਇੱਥੇ? ਜੀ ਦੋਸਤੋ, ਮੁੰਜੀ ਵਾਲੀ ਪਹਿਲੀ ਤੁਸੀਂ ਚੈੱਕ ਕਰੋ ਮਾਸ਼ਾਅੱਲਾ। ਦੋਸਤੋ, ਤੁਸੀਂ ਭਾਈ ਦਲ ਮੁਤਮਿਨ ਇਸ ਤੋਂ? ਜੇ ਮੁਤਮਿਨ ਨੇ ਮਾਸ਼ਾਅੱਲਾ ਦਿਖਾਉਂਦੇ ਆ ਖੇਤ, ਦੇਖੋ ਆ ਬੀਂ ਭਰਿਆ ਪਿਆ ਜੇ, ਇਹ ਰਾਸ਼ਨ ਲਾਹਦਾ ਪਿਆ ਆਵੇ। ਇਹ ਜਾਲੀ ਤੁਸੀਂ ਦੇਖ ਰਹੇ ਹੋ, ਇਨਸ਼ਾਅੱਲਾ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਪੂਰਾ ਵਾਅਦਾ ਕਰ ਰਹੇ ਹਾਂ ਆਪਣਾ। ਬਗੈਰ ਡੀ ਏ ਪੀ ਤੁਸੀਂ ਤਾਂ ਜ਼ਮੀਨਦਾਰ ਭਾਈ ਨੂੰ ਦੱਸ ਰਹੇ ਹਾਂ ਕਿ ਡੀ ਏ ਪੀ ਕੰਮ ਇਸਤੇਮਾਲ ਕਰੋ, ਜ਼ਿਆਦਾ ਖਾਦਾਂ ਇਸਤੇਮਾਲ ਕਰੋ ਜਿਹੜੀਆਂ ਨੇ ਜ਼ਾਇਆ ਨਹੀਂ ਹੁੰਦੀਆਂ। ਇਹ ਫਸਲ ਤੁਹਾਡੇ ਸਾਹਮਣੇ ਵੇ, ਇਨਸ਼ਾਅੱਲਾ ਤੁਹਾਨੂੰ ਨੈਕਸਟ ਵੀਡੀਓ ਵਿਖਾਵਾਂਗੇ ਮਕਈ ਦਾ ਵੀ, ਅਤੇ ਤੁਸੀਂ ਆਪਣੀ ਇਨਸ਼ਾਅੱਲਾ ਫਸਲ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਲਵੋਗੇ, ਉਹਦੇ 'ਚ ਤੁਹਾਡਾ ਫਾਇਦਾ ਹੈ।